ਜੇ ਕਿਸੇ ਨੇ ਹੁਕਮ ਰਜਾਈ ਚੱਲਣਾ ਦੇ ਅਰਥ ਸਿੱਖਣੇ ਨੇ ਨਾ ਉਹ ਗੁਰੂ ਅੰਗਦ ਸਾਹਿਬ ਦੇ 7 ਸਾਲ ਦੀ ਸੇਵਾ ਚੋਂ ਸਿੱਖੀ ਸਾਖੀਆਂ ਛੋਟੀਆਂ ਛੋਟੀਆਂ ਸਭ ਨੂੰ ਪਤਾ ਹੈ ਕਟੋਰਾ ਡਿੱਗ ਪੈਂਦਾ ਚਿੱਕੜ ਚੋਂ ਪੁੱਤਰ ਨਹੀਂ ਕੱਢਦੇ ਭਾਈ ਲਹਿਣਾ ਸਾਹਿਬ ਕੱਢ ਦਿੰਦੇ ਆ ਰਾਤ ਨੂੰ ਧਰਮਸ਼ਾਲਾ ਦੀ ਕੰਧ ਡਿੱਗ ਪੈਂਦੀ ਹੈ ਤੇ ਮਹਾਰਾਜ ਸਭ ਨੂੰ ਆਵਾਜ਼ਾਂ ਦਿੰਦੇ ਆ ਪਰ ਭਾਈ ਲਹਿਣਾ ਜੀ ਰਾਤ ਨੂੰ ਕੰਧ ਬਣਾਉਣ ਲੱਗ ਪੈਂਦੇ ਆ ਰਾਤ ਨੂੰ ਕਹਿੰਦੇ ਕੱਪੜੇ ਧੋ ਕੇ ਲਿਆ ਤੁਰ ਪੈਂਦੇ ਆ ਇਸ਼ਨਾਨ ਕਰਦੇ ਆ ਗੜੇ ਪੈਂਦਾ ਮੀਂਹ ਪੈਂਦਾ ਸਾਰੇ ਚਲੇ ਜਾਂਦੇ ਆ ਬਾਬਾ ਲਹਿਣਾ ਜੀ ਰੁਕ ਜਾਂਦੇ ਆ ਚੂਹੀ ਮਰ ਜਾਂਦੀ ਧਰਮਸ਼ਾਲਾ ਚ ਕਿਉਂਕਿ ਆਮ ਤੌਰ ਤੇ ਨਹੀਂ ਕੋਈ ਮਹਾਰਾਜ ਕਹਿੰਦੇ ਚੂਹੀ ਸੱਟ ਹੁੰਦੇ ਆ ਪਿਆਰਿਓ ਇੱਕ ਸਾਖੀ ਨੂੰ ਜਿਹੜਾ ਬੜਾ ਰੱਜ ਕੇ ਖੰਡਨ ਕੀਤਾ ਜਾਂਦਾ ਕਿੱਕਰ ਵਾਲੀ ਨੂੰ ਮੈਂ ਫਿਰ ਕਹਾਂਗਾ ਮੈਂ ਕਿਸੇ ਦੇ ਮਜ਼ਾਕ ਉਡਾਉਣ ਨਾਲ ਨਹੀਂ ਹਿਸਟਰੀ ਬਦਲੀ ਜਾ ਸਕਦੀ ਗਿਆਨੀ ਦਿੱਤ ਸਿੰਘ ਦਾ ਗੁਰੂ ਅੰਗਦ ਸਾਹਿਬ ਦਾ ਨੈੱਟ ਤੇ ਪੜਿਓ ਉਹ ਕਹਿੰਦਾ ਵਾਕਈ ਡਿੱਗੀ ਮਿਠਾਈ ਇਹ ਗੁਰੂ ਦੀ ਸਮਰੱਥ ਹੈ ਬਾਬਾ ਲਹਿਣਾ ਸਾਹਿਬ ਤਾਂ ਚੜ੍ਹ ਗਿਆ ਕਿੱਕਰ ਉੱਤੇ ਪਰ ਵਿਦਵਾਨ ਕੋਈ ਨਹੀਂ ਚੜ੍ਹ ਸਕਿਆ ਇਹਨੇ ਚੜ੍ਹ ਵੀ ਨਹੀਂ ਸਕਣਾ ਬਦਕਿਸਮਤੀ ਏ ਕਿਉਂਕਿ ਇਹਦੇ ਕੋਲ ਪੈਰ ਕੋਈ ਨਹੀਂ ਸ਼ਰਧਾ ਦੇ ਪਿੰਗਲੇ ਬੰਦੇ ਨਹੀਂ ਕਿੱਕਰਾਂ ਤੇ ਚੜ੍ਹ ਸਕਦੇ ਹੁੰਦੇ ਉਹਨੇ ਤਾਂ ਗਿਣਤੀ ਦੱਸੀ ਸੰਗਤ ਦੀ ਮੈਂ ਥੋੜ੍ਹਾ ਇਸ਼ਾਰਾ ਕਰ ਦਿੱਤਾ ਹੈ ਸਾਰੀਆਂ ਖੇਡਾਂ ਵਰਤੀਆਂ ਗੁਰਮੁਖੋ ਅਖੀਰ ਵਾਲੀ ਜਿਹੜੀ ਪ੍ਰੀਖਿਆ ਸੀ ਨਾ ਉਸ ਦਿਨ ਮੈਂ ਵਿਸਾਖੀ ਵਾਲੇ ਦਿਨ ਕਿਹਾ ਸੀ ਕਰਤਾਰਪੁਰ ਜੋ ਕੋਈ ਸ਼ੁਰੂ ਹੋਇਆ ਉਹਦੀ ਸੰਪੂਰਨਤਾ ਆਨੰਦਪੁਰ ਸਾਹਿਬ ਹੋਈ ਸੀ ਇਹਨੂੰ ਵਿਸਾਖੀ ਨਾਲ ਜੋੜ ਕੇ ਦੇਖੀਏ ਗੁਰੂ ਅੰਗਦ ਸਾਹਿਬ ਹੁਕਮ ਮੰਨਿਆ ਇੱਕ ਖਾਸ ਕਰਕੇ ਜਿਹੜੀ ਉਹਨਾਂ ਦੀ ਸਾਖੀ ਹੈ ਮੈਂ ਕਿਸੇ ਦਿਨ ਸੋਚਿਆ ਬੜੀ ਵਾਰੀ ਸੁਣਾਈ ਮਹਾਰਾਜ ਸਭ ਨੂੰ ਪੁੱਛਦੇ ਆ ਕਿੰਨੀ ਰਾਤ ਨਿਕਲ ਗਈ ਕਿੰਨੀ ਬਾਕੀ ਰਹਿੰਦੀ ਹੈ ਵੇਖੋ ਹੁਣ ਘੜੀ ਤਾਂ ਹੈ ਨਹੀਂ ਪਰ ਜਿਨ੍ਹਾਂ ਦੇ ਦੱਸਿਆ ਉਹਨਾਂ ਗਲਤ ਨਹੀਂ ਦੱਸਿਆ ਮੇਰੀ ਗੱਲ ਸੁਣਿਓ ਜੇ ਬੱਚਿਆਂ ਨੇ ਦੱਸਿਆ ਜਿਨ੍ਹਾਂ ਵੇਖਣ ਬਾਬਾ ਜੀ ਨੇ ਤਾਰੇ ਵੇਖ ਕੇ ਦੱਸਿਆ ਬਾਬਾ ਬੁੱਢਾ ਸਾਹਿਬ ਨੇ ਅੱਧੀ ਕੁ ਰਹਿ ਗਈ ਜਾਂ ਇੰਨੀ ਨਿਕਲ ਗਈ ਡੇਢ ਪੈਰ ਰਹਿ ਗਈ ਢਾਈ ਪੈਰ ਨਿਕਲ ਗਈ ਇਸ ਤਰ੍ਹਾਂ ਦੱਸਿਆ ਨਾਪ ਤੋਲ ਉਹਨਾਂ ਦਾ ਗਲਤ ਨਹੀਂ ਪਰ ਗੱਲ ਰਮਜ ਇੰਨੀ ਡੂੰਘੀ ਹੈ ਜਿਹਨੂੰ ਚੇਲਾ ਹੀ ਪਛਾਣ ਸਕਦਾ ਜਿਹੜਾ ਅੰਦਰੋਂ ਮਿਲ ਚੁੱਕਾ ਸਭ ਨੇ ਕਿਹਾ ਜੀ ਮਾਲਕ ਜੀ ਇਹ ਡੇਢ ਪੈਰ ਨਿਕਲ ਗਈ ਢਾਈ ਪੈਰ ਰਹਿ ਗਈ ਜਾਂ ਇਸ ਤਰ੍ਹਾਂ ਸਾਰੇ ਕਹੀ ਗਏ ਜਦੋਂ ਪੁੱਛਿਆ ਪੁਰਖਾ ਤੁਸੀਂ ਜਾਓ ਉਹਨਾਂ ਬਾਹਰ ਕੀ ਜਾਣਾ ਸੀ ਕਹਿਣ ਲੱਗੇ ਜਿੰਨੀ ਨਿਕਲੀ ਤੇਰੀ ਰਜਾ ਵਿੱਚ ਨਿਕਲ ਗਈ ਜਿੰਨੀ ਰਹਿੰਦੀ ਹੈ ਤੇਰੇ ਭਾਣੇ 'ਚ ਨਿਕਲ ਜਾਏਗੀ ਗੁਰਮੁਖੋ ਬੜੀ ਵਾਰੀ ਮੈਂ ਸੁਣਾਇਆ ਮੈਂ ਆਉਣ ਵਾਲੇ ਕਹਿੰਦਾ ਚਲੋ ਕੋਈ ਨਹੀਂ ਮਾੜੇ ਦਿਨ ਨਿਕਲ ਗਿਆ ਹੁਣ ਆਪਾਂ ਆਹ ਕੁਝ ਕਰਦੇ ਹਾਂ ਕਹਿੰਦੇ ਹਾਂ ਨਾ ਆਉਣ ਵਾਲੇ ਸਮੇਂ 'ਚ ਆਹ ਕਰਦੇ ਹਾਂ ਉੱਥੇ ਖੌਮੇ ਖਲੋ ਜਾਂਦੀ ਮੈਂ ਕਰਾਂਗਾ ਏਡੀ ਬਰੀਕ ਗੱਲ ਕਰ ਗਿਆ ਲੰਘ ਗਈ ਤੇਰੀ ਰਜਾ 'ਚ ਜਿਹੜੀ ਬਾਕੀ ਰਹਿੰਦੀ ਹੈ ਤੇਰੇ ਭਾਣੇ 'ਚ ਨਿਕਲ ਜਾਏਗੀ ਆਪਾਂ ਹੈ ਹੀ ਨਹੀਂ ਫਿਰ ਮਹਾਰਾਜ ਜੀ ਨੇ ਅਖੀਰ 'ਤੇ ਉਹ ਜਿਹੜਾ ਆਪ ਜੀ ਨੇ ਸਵਾਂਗ ਰਚਿਆ ਕੁੱਤੇ ਲੈ ਨਾਲ ਪੈਸੇ ਲੈ ਗੁਰਮੁਖੋ ਇਹ ਸਾਰੀਆਂ ਸਾਡੀਆਂ ਅਵਸਥਾਵਾਂ ਦੱਸੀਆਂ ਪਹਿਲੇ ਜਾਮੇ 'ਚ ਕੋਈ ਪੈਸੇ ਲੈ ਕੇ ਮੁੜ ਆਇਆ ਕੋਈ ਸਿੱਕੇ ਲੈ ਕੇ ਕੋਈ ਸੋਨਾ ਜੋ ਵੀ ਸੀ ਅਖੀਰ 'ਤੇ ਰਹਿ ਗਏ ਬਾਬਾ ਬੁੱਢਾ ਸਾਹਿਬ ਜੀ ਭਾਈ ਲਹਿਣਾ ਜੀ ਬਾਬਾ ਜੀ ਨੂੰ ਸੋਟਾ ਮਾਰਿਆ ਰੁੱਖ ਖੋਲੇ ਹੋਏ ਜਦੋਂ ਕਿਹਾ ਵਾਪਸ ਸਾਡਾ ਇਤਿਹਾਸ ਕਹਿੰਦਾ ਇੱਕ ਸ਼ਬਦ ਕਹਿ ਸਨ ਜਾ ਵਾਪਸ ਚਲੇ ਜਾਓ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਾਂ ਜਿੱਥੇ ਹੋਵਾਂਗਾ ਤੁਹਾਨੂੰ ਪਤਾ ਹੋਵੇਗਾ ਗੁਰੂ ਅੰਗਦ ਸਾਹਿਬ ਜੀ ਨੂੰ ਸੋਟਾ ਵੀ ਮਾਰਿਆ ਬਾਬਾ ਲਹਿਣਾ ਜੀ ਨੂੰ ਅਗਲੇ ਸ਼ਬਦ ਮੈਂ ਬੇਨਤੀ ਕਰਾਂ ਕਿਹਾ ਜਾ ਆਪਣੇ ਘਰ ਚਲਾ ਜਾ ਸਭ ਚਲੇ ਗਏ ਇਤਿਹਾਸ ਕਹਿੰਦਾ ਚਰਨ ਪਕੜ ਕੇ ਕਹਿ ਗਿਆ ਸੱਚ ਕਹਿੰਦੇ ਆ ਸੱਚੇ ਪਾਤਸ਼ਾਹ ਸੱਚੀ ਮੁੱਚੀ ਜਿਨ੍ਹਾਂ ਦੇ ਘਰ ਸਨ ਘਰਾਂ ਵਾਲੇ ਘਰਾਂ ਨੂੰ ਚਲੇ ਗਏ ਮੇਰਾ ਘਰ ਹੀ ਗੁਰੂ ਨਾਨਕ ਸਾਹਿਬ ਮੈਂ ਕਿੱਥੇ ਜਾਵਾਂ ਮੇਰਾ ਕੋਈ ਟਿਕਾਣਾ ਨਹੀਂ ਮੇਰਾ ਘਰ ਤੁਸੀਂ ਉਹ ਕਹਿਣ ਲੱਗੇ ਜੇ ਤੇਰਾ ਘਰ ਆ ਮੁਰਦਾ ਖਾ ਇਹ ਵੀ ਸਾਖੀ ਡਰਦੇ ਆ ਬੰਦੇ ਆ ਮੁਰਦਾ ਖਾ ਗੁਰੂ ਦੀਆਂ ਸਾਖੀਆਂ 'ਚ ਰਮਜਾਂ ਨੇ ਪਿਆਰਿਓ ਖੰਡਨ ਨਾ ਕਰੀਏ ਉਹ ਪ੍ਰਖਰਮਾ ਕਰਨਾ ਪਏ ਮਹਾਰਾਜ ਜੀ ਨੇ ਕਿਹਾ ਪੁਰਖਾ ਤੈਨੂੰ ਕਿਹਾ ਨਹੀਂ ਖਾਂ ਕਹਿਣ ਲੱਗੇ ਮਹਾਰਾਜ ਹੁਕਮ ਕਰੋ ਸਿਰ ਵਾਲੇ ਪਾਸੇ ਸ਼ੁਰੂ ਕਰਾਂਗੇ ਚਰਨਾਂ ਵਾਲੇ ਪਾਸੇ ਹਜ਼ੂਰ ਕਹਿੰਦੇ ਚਰਨਾਂ ਵਾਲੇ ਚਾਦਰ ਚੁੱਕੀ ਮੁਰਦਾ ਥੋੜ੍ਹਾ ਸੀ ਜੀ ਜਿਹੜੇ ਆਪ ਖੁਦ ਗੁਰੂ ਚਰਨਾਂ 'ਚ ਮਰ ਜਾਂਦੇ ਉਹਨਾਂ ਲਈ ਮੁਰਦਾ ਵੀ ਪ੍ਰਸ਼ਾਦ ਬਣ ਜਾਂਦਾ ਹੈ ਉਹ ਤਾਂ ਸੱਚ ਪ੍ਰਸ਼ਾਦ ਸੀ ਮਹਾਰਾਜ ਜੀ ਨੇ ਜੀ ਉਸ ਦਿਨ ਫਿਰ ਘੁੱਟ ਕੇ ਸੀਨੇ ਨਾਲ ਲਾਇਆ ਸ਼ਬਦ ਕਿਹਾ ਪੁਰਖਾ ਤੇਰਾ ਘਰ ਕੋਈ ਨਹੀਂ ਅਤੇ ਮੈਂ ਵੀ ਘਰ ਬਦਲਣਾ ਸੀ
तेरे वर्गा घर कोई नहीं लभा, अज तो बाद नानक दा निवास लहने दे घर विच होवेगा। फिर मेरी बेनती है, धन गुरु अंगद साहिब फिर बाबियां ने गाया, नाउ करता कादर करे क्यों बोल होवै जो खीम दै, दे गुणा सत भैन पार आव है पार अंगद दान पड़ीव दै, नानक राज चलाया सच कोट सताणी नीव दै, लहने धरुण छत सिर कर सिफती अमृत पीव दै, मत गुर आत्म देव दी खड़क जोर प्राकुए जी दे, गुर चेले रह रास की। गुरु ने रह रास दा अर्थ जी मथा टेकना, रह रास दा अर्थ अरदास भी है। गुर चेले रह रास की नानक सलामत ठीव दे, सह टिक्का दितोष चीव दे। गुरमुखो अपने चेले नू मथा टेक दिता, जिस दिन गुरु गोबिंद सिंह जी ने पंजा नू क्या अमृत दी दात दियो, यही गल रिपीट की, खालसा गुरु गुरु खालसा करूं मैं अब जैसे गुरु नानक जी अंगद को की दी। मेरी बेनती है, धन गुरु अंगद साहब, अंगद दा अर्थ शरीर दा अंग, सतगुरा ने खडूर साहब फिर बख्शिश की, फिर वसाया फिर आन सतगुर खडूर, जब तब संयम नाल तुद होर मुच करूर। महाराज जी ने बड़ी कृपा की थी। ये भी सच है कि खडूर साहब अमृत वेले दरवाजा खुलन लग्या, संगतां दियां पीड़ां लगियां सन, गुरु अंगद साहब जी की अमृत दृष्टि ते गुरु हरकृष्ण साहब की अमृत दृष्टि एक जी, जिन्हां दे सी मुख ते गुरु अंगद साहब जी दे नेत्र पै जांदे सन, दृष्टि पै जांदी, उन्हां दे रोग कट्टे जांदे सन। ताहि गुरु के रबाबियां ने क्या होवै सिवत खसम दी नूर अरसों, ये गुरु अंगद साहब की सिफत है, नूर अरसों कुरसों झटिए तुद डिठे सच्चे पातशाह, मल जन्म जन्म दी कटिए।